ਜੋ ਵੀ ਹਾਂ ਘਰਦਿਆਂ ਤੋਂ ਪਾਸੇ ਹਟ ਕੇ ਇਨਸਾਫ ਮੋਰਚੇ ਰਹਾਂ। ਇਨਸਾਫ ਮੋਰਚਾ ਹੀ ਮੇਰੀਆਂ ਆਖਰੀ ਰਸਮਾਂ ਪੂਰੀਆਂ ਕਰੂਗਾ। ਮੈਂ DGP 'ਚ ਇੱਕ ਬੇਨਤੀ ਕਰਨਾ ਬਈ ਪੰਜਾਬ ਦੇ ਅਮਨ ਨੂੰ ਕਾਇਮ ਰੱਖਣ ਲਈ ਪੁਰਅਮਨ ਢੰਗ ਨਾਲ ਇਹ ਜਿਹੜਾ ਹੈਗਾ ਫਤਿਹਗੜ੍ਹ ਸਾਹਿਬ ਦਾ ਪ੍ਰੋਗਰਾਮ ਉਹ ਨੇਪਰੇ ਚੱਲ ਰਹਿਣ ਦੇਣ ਅਤੇ ਮੈਂ ਉਹਨਾਂ ਦਾ ਧੰਨਵਾਦੀ ਹਾਂ। ਅਤੇ ਇੰਨਾ ਹੀ ਨਹੀਂ, ਅਮਨ ਰੱਖਣ ਲਈ ਮੈਂ ਸਨਮਾਨਿਤ ਕਰਕੇ ਆਊਂਗਾ ਉਹਨਾਂ ਨੂੰ ਚੰਡੀਗੜ੍ਹ ਜਾ ਕੇ, ਬਈ ਉਹਨਾਂ ਨੇ ਇੱਕ ਇਨਸਾਨੀਅਤ ਕੰਮ ਕੀਤਾ, ਪੰਜਾਬ ਦਾ ਅਮਨ ਭੰਗ ਨਹੀਂ ਹੋਣ ਦਿੱਤਾ, ਕਿਸੇ ਦੇ ਝਰੀਤ ਨਹੀਂ ਹੋਣ ਦਿੱਤੀ। ਨਹੀਂ ਤਾਂ ਵਾਇਲੇਸ਼ਨ ਹੋਣੀ ਕੁਦਰਤੀ ਹੈ, ਜਵਾਨੀ ਭੜਕ ਉੱਖੜਦੀ ਹੈ, ਨਾ ਮੈਂ ਰੋਕ ਸਕੂੰ, ਨਾ ਤੁਸੀਂ ਰੋਕ ਸਕੋਗੇ, ਨਾ ਸਰਕਾਰ ਰੋਕ ਸਕੂਗੀ। ਇਹਦੇ ਲਈ ਮੈਂ ਇੱਕੋ ਹੀ ਮਿਸਾਲ ਦੇ ਦਿੰਦਾ, 84 ਨੂੰ ਚੇਤੇ ਕਰ ਲੈਣ ਵੀ 1984 'ਚ ਕੀ ਹੋਇਆ ਸੀ। ਹੰਢਾਇਆ ਹੋਇਆ, ਵਰਤਿਆ ਹੋਇਆ, ਸੋ ਇੰਨਾ ਕੁਝ ਕਹਿੰਦਾ ਹੋਇਆ ਮੈਂ ਖੇਮਾ ਦਾ ਜਾਚਕ ਹਾਂ। ਅਤੇ ਆਪਣੇ ਆਪ ਲਈ ਮੈਂ ਇਹ ਕਹਿੰਦਾ ਹੈਗਾ ਕਿ ਮੈਂ ਅੱਜ ਜੋ ਵੀ ਹਾਂ ਘਰਦਿਆਂ ਤੋਂ ਪਾਸੇ ਹਟ ਕੇ ਇਨਸਾਫ ਮੋਰਚੇ ਰਹਾਂ। ਇਨਸਾਫ ਮੋਰਚਾ ਹੀ ਮੇਰੀਆਂ ਆਖਰੀ ਰਸਮਾਂ ਪੂਰੀਆਂ ਕਰੂਗਾ। ਤੁਸੀਂ ਜਾਣਾ ਚਾਹੁੰਦੇ ਹੋ ਬਾਪੂ ਜੀ ਚੰਡੀਗੜ੍ਹ ਇਨਸਾਫ ਮੋਰਚੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਹੋ? ਦਿਲੋਂ ਜਾਣਾ ਚਾਹੁੰਦਾ। ਕੌਣ ਰੋਕ ਰਿਹਾ, ਕੌਣ ਨਹੀਂ ਜਾਣ ਦੇ ਤੁਹਾਨੂੰ? ਕੌਣ ਨਹੀਂ ਜਾਣਦੇ, ਮੈਂ ਤੁਹਾਡੇ ਸਾਹਮਣੇ ਕੁਛ ਕਰਕੇ ਦਿਖਾਊਂਗਾ, ਉਹ ਕਹਿਣਗੇ ਮੈਨੂੰ ਨਾਲ ਜਾਓ, ਉਲਟਾ ਮੇਰੀਆਂ ਮਿਹਨਤਾਂ ਕਰਨਗੇ। ਮੈਂ ਗਿੱਟੇ ਲਵੇੜਨ ਵਾਲਾ ਬੰਦਾ ਨਹੀਂ, ਮੈਂ 3ਜੀ ਜਮਾਤ 'ਚ ਅਖਬਾਰ ਪੜ੍ਹਨ ਲੱਗ ਗਿਆ ਸੀ। ਮੁੱਢ ਤੋਂ ਜਿਸ ਉਮਰ 'ਚ ਲੰਘਿਆ ਉਸ 'ਚ ਮੈਂ ਪ੍ਰਧਾਨ ਰਿਹਾ, ਮੈਂ ਪੰਜਾਬ ਦਾ ਵੀ ਪ੍ਰਧਾਨ ਰਿਹਾ, ਅਧਿਆਪਕਾਂ ਦਾ। ਇੱਕ ਵੱਖਰੀ ਜਿਹੀ ਗੱਲ ਕਰ ਜਾਂਦਾ, SS ਬੋਰਡ ਸੁਣਿਆ ਤੁਸੀਂ, ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ, 7,500 ਟੀਚਰ ਟ੍ਰੇਨਿੰਗ ਕਰਕੇ ਬੇਰੁਜ਼ਗਾਰ ਹੋ ਗਿਆ ਦੇ ਚੰਡੀਗੜ੍ਹ ਦੇ ਜ਼ਿਲ੍ਹਿਆਂ ਦੇ ਅਫਸਰਾਂ ਨੂੰ ਬੇਨਤੀਆਂ, ਨਾ ਮੰਨੇ, ਸੜਕਾਂ 'ਤੇ ਆ ਗਿਆ 7,500 ਟੀਚਰ। ਫਿਰ SS ਬੋਰਡ ਵੀ ਬਣ ਗਿਆ, ਤਨਖਾਹ ਕੀ ਹੁੰਦੀ ਸੀ? 650 ਰੁਪਈਏ, ਅਸੀਂ ਕਿੰਨੀ ਮੰਨੀ? 97,500 ਰੁਪਈਏ। ਮੈਂ 97,500 ਦਾ ਭਰਤੀ ਹਾਂ, ਮੇਰੀ ਉਮਰ ਸਾਰੀ ਜਿੰਨੀ ਹੈਗੀ ਆ 97,500 ਰਿਹਾ, ਅੱਜ ਚਾਹੇ ਕੁਛ ਵੀ ਹੈਗਾ।